ਇੱਕ ਕੁਐਸਚਨ ਹੈ ਹਾਊਸ ਲਈ, ਜਿਹੜਾ ਮਾਣਯੋਗ ਮੈਂਬਰ ਉੱਤੇ ਸਹੀ ਜਵਾਬ ਦੇਵੇਗਾ ਉਹਨਾਂ ਨੂੰ 5 ਮਿੰਟ ਐਕਸਟਰਾ ਦਿੱਤੇ ਜਾਣਗੇ। ਅੱਜ ਸੁਪਰੀਮ ਕੋਰਟ, ਅੱਜ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਬੜਾ ਵੱਡਾ ਇਸ਼ੂ ਆਇਆ ਇਲੈਕਟੋਰਲ ਬੌਂਡ ਦੇ ਉੱਪਰ, ਔਰ ਉਹਦੇ ਉੱਪਰ ਉਹਦਾ ਉਹ ਕਿਸ ਸੰਬੰਧ ਦੇ ਵਿੱਚ ਹੈ ਔਰ ਕੀ ਜਜਮੈਂਟ ਹੈ, ਚਲ ਬਾਜਵਾ ਜੀ ਦੱਸਣਾ ਦੱਸ ਜੀ। ਸੁਪਰੀਮ ਕੋਰਟ ਨੇ ਇੱਕ ਸਰ ਬਹੁਤ ਬਿਹਤਰੀਨ ਆ ਜਜਮੈਂਟ ਦਿੱਤੀ ਹੈ ਜੀ। ਸਟੇਟ ਬੈਂਕ ਆਫ ਇੰਡੀਆ ਜਿਹੜਾ ਇਹ ਮੌਜੂਦਾ ਸਰਕਾਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਸੀ, ਸੁਪਰੀਮ ਕੋਰਟ ਨੇ ਇਹ ਸਾਰੇ ਇਲੀਗਲ ਕਰਾਰ ਦਿੱਤੇ ਸੀ। ਉਹਦੇ ਵਿੱਚ ਬੈਨੀਫਿਸ਼ਰੀਜ਼ ਦੇ ਨਾਂ ਨੇ, ਉਹਦੇ 'ਚ ਪਹਿਲੇ ਇਹ ਸੀ ਕਿ ਬੈਨੀਫਿਸ਼ਰੀ ਦਾ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਉਹਨਾਂ ਦੇ ਨਾਂ ਨਹੀਂ ਦੱਸੇ ਜਾਣਗੇ। ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਕਿ ਸਾਰਿਆਂ ਦੇ ਨਾਂ ਦੱਸੇ ਜਾਣ, ਬਿਕੋਜ਼ ਇਹਦੀ ਡਾਇਰੈਕਟ ਇਕੁਏਸ਼ਨ ਵਿਦ ਕਰਪਸ਼ਨ, ਕਿਉਂਕਿ ਇਹਦੇ 'ਚ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਕੋਲ ਪੈਸੇ ਲਏ ਗਏ ਨੇ। ਬੀਜੇਪੀ ਵੱਲੋਂ ਸਾਰਿਆਂ ਵੱਡੀ ਬੈਨੀਫਿਸ਼ਰੀ ਪਾਰਟੀ ਬੀਜੇਪੀ ਹੈ, ਉਹ ਜਦੋਂ ਇਹ ਨਾਂ ਹੋਣਗੇ ਤਾਂ ਉਹਨਾਂ ਨੂੰ ਹੀ ਫਿਰ ਬੈਂਕਾਂ ਤੋਂ ਕਰਜ਼ੇ ਜਿਹੜੇ ਮਾਫ਼ ਹੋਏ ਨੇ ਉਹ ਇਹਨਾਂ ਦੇ ਤੁਸੀਂ ਵੇਖੇ ਜਾਣਗੇ, ਇਹਨਾਂ ਲੋਕਾਂ ਨੂੰ ਹੀ ਸਾਰਿਆਂ ਵੱਧ ਕਰਜ਼ੇ ਦੀ ਮਾਫ਼ੀ ਦਿੱਤੀ ਗਈ। ਸੋ ਉਹ ਜਿਹੜਾ ਇੱਕ ਸ਼ਬਦ ਹੈ ਪ੍ਰਿੰਟ ਕੋ ਕਿ ਇਹਨਾਂ ਦੀ ਆਲਰੇਡੀ ਕੁਇਡ ਪ੍ਰੋ ਕੋ ਜਿਹੜਾ ਉਹ ਇੱਥੋਂ ਸਟੈਬਲਿਸ਼ ਹੋਏਗਾ। ਅੱਜ ਉਹਨਾਂ ਨੇ CBI ਦੀ ਉਹ ਰਿਕੁਐਸਟ ਡਿਕਲਾਈਨ ਕਰ ਦਿੱਤੀ ਹੈ, ਉਹਨਾਂ ਨੂੰ ਕਿਹਾ ਕਿ 15 ਮਾਰਚ ਤੱਕ ਉਹ ਜਿਹੜੇ ਬਕਾਇਦਾ ਤੌਰ ਸਾਰਿਆਂ ਦੇ ਨਾਂ ਕੱਢੇ ਜਾਣ, ਸੋ ਦੈਟ ਸਾਰਾ ਦੇਸ਼ ਇਲੈਕਸ਼ਨਾਂ ਤੋਂ ਪਹਿਲੇ ਇਹ ਪਤਾ ਲਾ ਸਕੇ ਕਿ ਸਾਰਿਆਂ ਨੂੰ ਵੱਡਾ ਫਾਇਦਾ ਇਹਨਾਂ ਵੱਡੇ ਇੰਡਸਟਰੀਅਲਿਸਟਾਂ ਦਾ ਕਿਹੜੀ ਜਮਾਤ ਨੂੰ ਕਿਹਾ, ਕਿਹਦੇ ਕੋਲ ਪੈਸੇ ਬਾਹਾਂ ਬਰੋੜ ਕੇ ਲੈ ਗਏ ਅਤੇ ਕਿਹਨੂੰ ਵੱਡਾ ਐਡਵਾਂਟੇਜ ਬੈਂਕਾਂ ਦੇ ਕਰਜ਼ੇ ਮਾਫ ਕਰਕੇ ਦਿੱਤਾ ਗਿਆ। ਸੋ ਇਹ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਇਹ ਸਾਬਤ ਹੋ ਜਾਏਗਾ, ਕੋਰਿਲੇਸ਼ਨ ਹੋਏਗੀ ਕਿ ਜਿਹਨਾਂ ਕੋਲ ਇੱਕ ਪਾਸੇ ਪੈਸੇ ਲਏ ਨੇ ਉਹਨਾਂ ਨੂੰ ਹੀ ਰਾਈਟ ਆਫ ਉਹਨਾਂ ਦੇ ਕਰਜ਼ੇ ਕੀਤੇ ਗਏ ਨੇ। ਸੋ ਇਹ ਇੱਕ ਫੈਸਲਾ ਸੀ। ਹੁਣ ਜੇ ਇਜਾਜ਼ਤ ਦਿਓ ਤਾਂ ਮੈਂ ਆਪਣੀ 0 R ਦੀ ਗੱਲ ਕੀਤੀ, ਤੁਹਾਨੂੰ 5 ਮਿੰਟ ਦੀ ਜੋ ਹਾਂਜੀ ਚਲ 2 ਹੀ ਬੜੇ ਨੇ ਜੀ। ਗੁਜ਼ਾਰਿਸ਼ ਇਸ ਤਰ੍ਹਾਂ ਸਪੀਕਰ ਸਾਹਿਬ, ਮੈਂ ਬਹੁਤ ਤੁਹਾਡਾ ਮਸ਼ਕੂਰ ਹਾਂ, ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ 6,840 ਕੰਪਿਊਟਰ ਟੀਚਰ ਜਿਹੜੇ ਨੌਕਰੀ ਦੇ ਵਿੱਚ 2011 'ਚ ਆਏ ਸੀ ਸਰ। ਤੁਹਾਡੀ ਸਰਕਾਰ ਨੇ ਪਹਿਲੇ ਸਰਕਾਰ ਬਣਨ ਤੋਂ ਪਹਿਲੇ ਬਹੁਤ ਸਾਰੇ ਵਾਅਦੇ ਕੀਤੇ ਕਿ ਅਸੀਂ ਆਵਾਂਗੇ, ਆਹ ਤੁਹਾਡੇ ਬੈਨੀਫਿਟ ਅਸੀਂ ਤੁਹਾਨੂੰ ਦੇਵਾਂਗੇ, ਜਿਹਦੇ ਵਿੱਚ ਇੱਕ ਸੀ ਕਿ 6ਵੀਂ ਪੇ ਕਮਿਸ਼ਨ ਅਸੀਂ ਤੁਹਾਡੀ ਲਾਗੂ ਕਰਾਂਗੇ, ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਬੈਨੀਫਿਟ ਹੈ ਸੀ। ਸੋ ਇਹ 15 ਸਪਟੈਂਬਰ ਨੂੰ ਚੀਫ ਮਿਨਿਸਟਰ ਸਾਹਿਬ ਦਾ ਆਹ ਮੈਂ ਸਾਰੇ ਹਾਊਸ ਨੂੰ ਵਿਖਾਉਣਾ ਚਾਹੁੰਦਾ, ਐਡਸ ਵੀ ਆਈਆਂ ਨੇ ਜਿਹਦੇ ਵਿੱਚ ਇਹ ਗੱਲ ਕਹੀ ਕਿ ਸਿਵਲ ਰੂਲਸ ਦੇ ਮੁਤਾਬਕ, ਸਰਵਿਸ ਰੂਲਸ ਦੇ ਮੁਤਾਬਕ ਤੁਹਾਨੂੰ ਬੈਨੀਫਿਟ ਦਿੱਤਾ ਜਾਏਗਾ, 6ਵੀਂ ਪੇ ਕਮਿਸ਼ਨ ਦਾ ਤੁਹਾਨੂੰ ਬਕਾਇਦਾ ਤੌਰ ਉਹੀ ਐਡਵਾਂਟੇਜਸ ਦਿੱਤੇ ਜਾਣਗੇ। ਸਰ ਉਹਨਾਂ ਵਿੱਚ ਤਕਰੀਬਨ 100 ਟੀਚਰ ਦੀ ਡੈਥ ਹੋ ਚੁੱਕੀ, ਗਰੀਬ ਬੱਚੇ ਨੇ, ਕਿਸੇ ਫੈਮਿਲੀ ਨੂੰ ਕੁਝ ਵੀ ਅਸੀਂ ਦੇ ਨਹੀਂ ਪਾਏ। ਮੈਂ FM ਸਾਹਿਬ ਨੂੰ ਗੁਜ਼ਾਰਿਸ਼ ਕਰਾਂ, ਤੁਹਾਡਾ ਹੀ ਵਾਅਦਾ ਸੀ, ਤੁਹਾਡੇ ਚੀਫ ਮਿਨਿਸਟਰ ਸਾਹਿਬ ਦਾ ਵਾਅਦਾ ਸੀ, ਇਹਨਾਂ ਦੇ ਸਿਰ 'ਤੇ ਮੈਂ ਸਮਝਣਾ ਜਿਹੜੇ ਇੰਪਲੋਈਜ਼ ਦਾ ਜਿੱਡਾ ਵੱਡਾ ਯੋਗਦਾਨ ਤੁਹਾਡੇ ਸਰਕਾਰ ਬਣ 'ਚ, ਬਾਕੀ ਵਰਗ ਦਾ ਵੀ ਹੋਏਗਾ ਬਟ ਸਾਰਿਆਂ ਨੂੰ ਵੱਡਾ ਇਹਨਾਂ ਦਾ ਸੀ। ਕਿਰਪਾ ਕਰਕੇ ਜਿਹਨੂੰ ਪ੍ਰੋਮਿਸ ਕਰਦੇ ਹੋ ਉਹ ਫਿਰ ਨੇਪਰੇ ਜ਼ਰੂਰ ਚਾੜਿਆ ਕਰੋ, ਜਾਂ ਵਾਅਦਾ ਨਾ ਕਰੋ, ਜੇ ਵਾਅਦਾ ਕੀਤਾ ਤਾਂ ਵਾਅਦਾ ਖਿਲਾਫੀ ਨਹੀਂ ਹੋਣੀ ਚਾਹੀਦੀ। ਸੋ ਮੈਂ ਉਸ ਨੌਜਵਾਨ ਬੱਚਿਆਂ ਵੱਲ ਜਿਹੜੇ ਬਹੁਤ 44 ਮੀਟਿੰਗਸ ਇਹਨਾਂ ਨਾਲ ਸਾਰਿਆਂ ਨਾਲ ਹੋ ਚੁੱਕੀਆਂ, ਕਿਰਪਾ ਕਰਕੇ ਜਸਟਿਸ ਕਰੋ, ਮੈਂ ਇੰਨੀ ਉਹਨਾਂ ਵਾਸਤੇ ਮੰਗ ਕਰਨਾ ਚਾਹੁੰਦਾ। ਥੈਂਕ ਯੂ ਜੀ। ਟਾਈਮ ਤੁਹਾਡਾ ਪਿਆ, ਫਿਰ ਤੁਸੀਂ ਕਹਿੰਦੇ ਟਾਈਮ ਨਹੀਂ ਦਿੰਦੇ ਮੈਨੂੰ, ਅਗਲਾ ਮੁੱਦਾ ਚੁੱਕ ਲੈਂਦਾ। ਹਾਂ, ਮੇਰੀ ਗੁਜ਼ਾਰਿਸ਼ ਹੈ, ਹਾਂ ਬਹੁਤ ਮਿਹਰਬਾਨੀ ਤੁਹਾਡੀ ਸਰ। ਸੋ ਇੰਨੇ ਤੁਸੀਂ ਅੱਜ
ਦਿਆਲ ਹੋਏ ਹੋਏ ਦਾ ਐਡਵਾਂਟੇਜ ਵੀ ਲਈਏ। ਸਰ 3-4 ਮੇਜਰ ਕਮਿਸ਼ਨ ਜਿਹਦੇ ਵਿੱਚ SC ਕਮਿਸ਼ਨ ਹੈ, ਜਿਹਦੇ ਵਿੱਚ NRI ਕਮਿਸ਼ਨ ਹੈ, ਜਿਹਦੇ ਵਿੱਚ ਫੂਡ ਕਮਿਸ਼ਨ ਹੈ, ਜਿਹਦੇ ਵਿੱਚ ਇੱਕ ਜਰਨਲ ਕੈਟੇਗਰੀ ਕਮਿਸ਼ਨ। ਬੈਕਵਰਡ ਕਮਿਸ਼ਨ ਦਾ ਤਾਂ 2-3 ਮਹੀਨੇ ਹੋਏ ਤੁਸੀਂ ਚੇਅਰਮੈਨ ਲਗਾ ਦਿੱਤਾ, ਬਟ ਇੰਨੀਆਂ ਵੱਡੀਆਂ NRIs, ਵਨ ਆਫ ਦੀ ਬਿਗੈਸਟ ਜਿਹੜੇ ਸਪੋਰਟਰਸ ਤੁਹਾਡੇ, ਵਿਸ਼ੇਸ਼ ਤੌਰ ਤੁਹਾਡੇ ਜਿਨ੍ਹਾਂ ਨੇ ਸਪੋਰਟ ਕੀਤੀ, ਉਹ ਕਈ ਸਾਲਾਂ ਤੋਂ ਲਗਾਤਾਰ ਦੇਰ ਇਜ਼ ਨੋ ਚੇਅਰਮੈਨ ਲੁਕਿੰਗ ਆਫਟਰ ਦ ਇੰਟਰਸਟ ਆਫ ਦ NRIs। ਜਰਨਲ ਕੈਟੇਗਰੀ ਇਹ ਕਾਂਗਰਸ ਸਰਕਾਰ ਦੇ ਵਿੱਚ ਚਰਨ ਸਿੰਘ ਚੰਨੀ ਦੀ ਗਵਰਨਮੈਂਟ ਦੇ ਚੀਫ ਮਿਨਿਸਟਰਸ਼ਿਪ ਵੇਲੇ ਨੋਟੀਫਿਕੇਸ਼ਨ ਹੋ ਚੁੱਕੀ। ਸਾਡਾ ਇੱਕ ਚੇਅਰਮੈਨ ਡਾਕਟਰ ਦਈਆ ਸਾਹਿਬ ਬਣ ਗਏ ਸਨ, ਉਹ ਜਦੋਂ ਇਲੈਕਸ਼ਨ ਲੜਨ ਵਾਸਤੇ ਨਿਕੋਦਰੋਂ ਕਹਿਣਾ ਪਿਆ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਸੋ ਇਹ ਸਾਰੀਆਂ ਪੋਸਟਾਂ ਖਾਲੀ ਪਈਆਂ, 2-2 ਸਾਲ ਹੋ ਗਏ। ਕਿਰਪਾ ਕਰਕੇ ਮੇਰੀ ਗੁਜ਼ਾਰਿਸ਼ ਹੈ ਗਵਰਨਮੈਂਟ ਨੂੰ, ਇਹਨਾਂ ਨੂੰ ਫੁਲਫਿਲ ਕੀਤਾ ਜਾਏ, ਸੋ ਦੈਟ ਜਿਹੜੇ ਸਫਰਜ਼ ਨੇ, ਜਿਹੜੇ ਲੋਕ ਆਪਣੀ ਗੱਲ ਰੱਖਣਾ ਚਾਹੁੰਦੇ ਨੇ, ਉਹਨਾਂ ਦੀ ਆਪਣੇ ਇਸ ਟਾਈਮ ਕੋਈ ਚੇਅਰਮੈਨ ਜਾਂ ਮੈਂਬਰਸ ਨਾ ਹੋਣ ਕਾਰਨ ਬਹੁਤ ਖੱਜਲ ਖੁਆਰੀ ਹੋ ਰਹੀ। ਸੋ ਮੈਂ ਗੁਜ਼ਾਰਿਸ਼ ਕਰਾਂਗਾ, ਕਿਰਪਾ ਕਰਕੇ ਇਹਨਾਂ ਦੇ ਜਲਦੀ ਤੋਂ ਜਲਦੀ ਚੇਅਰਮੈਨ ਅਤੇ ਮੈਂਬਰਸ ਉੱਥੇ ਐਂਡ ਸਟਾਫ ਜੋ ਵੀ ਇਹਨਾਂ ਨੂੰ ਫੈਸਿਲਿਟੀਜ਼ ਨੇ ਪ੍ਰੋਵਾਈਡ ਵਿਦ ਆਫਿਸਿਸ ਕੀਤੀਆਂ ਜਾਣ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਹੋਰ ਤਾਂ ਨਹੀਂ ਟਾਈਮ ਲੈਣਾ ਹੁਣ, ਬਹੁਤ ਮਿਹਰਬਾਨੀ। ਇੰਨਾ ਕੁ ਤੁਸੀਂ ਦੇ ਦਿਆ ਕਰੋ, ਤਾਂ ਇੰਨਾ ਕੁਝ ਹੋਣਾ ਹੀ ਨਹੀਂ ਸੀ ਇੱਥੇ ਟਾਈਮ। ਮਹਾਰਾਜ ਤੁਹਾਨੂੰ ਬਹੁਤ ਅਯਾਲੀ ਸਾਹਿਬ। ਧੰਨਵਾਦ ਸਪੀਕਰ ਸਾਹਿਬ। ਪੰਜਾਬ ਪੇ ਸਕੇਲ ਦੀ ਬਹਾਲੀ ਦੇ ਲਈ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਨੂੰ ਅਧੂਰੇ ਕੇਂਦਰੀ ਪੇ ਸਕੇਲ ਲਾਗੂ ਕੀਤੇ ਗਏ ਨੇ, ਅਤੇ ਪੇ ਸਕੇਲ ਨਾ ਤਾਂ ਪੂਰੇ ਕੇਂਦਰ ਦੇ ਹਨ ਅਤੇ ਨਾ ਹੀ ਪੰਜਾਬ ਦੇ ਹਨ। ਸੋ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀਗਾ ਕਿ ਸਰਕਾਰ ਬਣਨ 'ਤੇ ਜਿਹੜਾ ਪੰਜਾਬ ਦੇ ਪੇ ਸਕੇਲ ਲਾਗੂ ਕੀਤੇ ਜਾਣਗੇ, ਉਹ ਕੀਤੇ ਨਹੀਂ ਗਏ। ਅਤੇ ਉਹਦੇ ਨਾਲ ਹੀ ਜਿਹੜੇ ਏਡਿਡ ਸਕੂਲ ਦੇ ਕਰਮਚਾਰੀ ਨੇ, ਚਾਹੇ ਉਹ ਰਿਟਾਇਰ ਹੋ ਚੁੱਕੇ ਜਾਂ ਜਿਹੜੇ ਜੋਬ ਕਰ ਰਹੇ ਨੇ, ਉਹਨਾਂ ਨੂੰ ਵੀ 6-ਮਾ ਪੇ ਕਮਿਸ਼ਨ ਦਿੱਤਾ ਜਾਵੇ। ਇਹ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਉਹ ਵੀ ਉਹਨਾਂ ਨੂੰ, ਉਹਨਾਂ ਦਾ ਹੱਕ ਬਣਦਾ ਵਾ। ਅਤੇ ਉਹਦੇ ਨਾਲ ਹੀ ਰੇਰਾ ਜਿਹੜੀ, ਕਿਉਂਕਿ ਸਾਡੇ ਜਿਹੜੇ ਕੌਲੀਆਂ ਜਿਹੜੀਆਂ ਪਾਸ ਹੋ ਕੇ ਉਸ ਤੋਂ ਬਾਅਦ ਰੇਰਾ ਦਾ ਇੱਕ ਨੰਬਰ ਮਿਲਦਾ ਵਾ, ਰੇਰਾ ਦਾ ਜਿਹੜਾ ਚੇਅਰਮੈਨ ਆ ਉਹਨੇ ਰਿਜ਼ਾਈਨ ਕਰ ਦਿੱਤਾ ਸੀ, ਉਹ ਪੋਸਟ ਖਾਲੀ ਆ। ਸੋ ਆਪਾਂ ਅਪਰੂਵਡ ਕੌਲੀਆਂ ਨੂੰ ਪ੍ਰਮੋਟ ਕਰ ਰਹੇ ਹਾਂ, ਉਹਦੇ ਲਈ ਉੱਥੇ ਕੋਈ ਨਾ ਕੋਈ ਜਲਦੀ ਸਰਕਾਰ ਵੱਲੋਂ ਰੇਰਾ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ, ਤਾਂ ਜੋ ਜਿਹੜੀਆਂ ਫਾਈਲਸ ਪੈਂਡਿੰਗ ਪਈਆਂ ਨੇ ਉਹ ਜਲਦੀ ਸਾਰੀਆਂ ਉੱਥੋਂ ਉਹ ਹੋ ਜਾਣ, ਉਹਨਾਂ ਦੀ ਅਪਰੂਵਲ ਮਿਲ ਜਾਵੇ ਉਹਨਾਂ ਨੂੰ। ਸੋ ਇਹ ਮੇਰੀ ਸਰਕਾਰ ਤੋਂ ਮੰਗ ਹੈ ਜੀ। ਧੰਨਵਾਦ ਜੀ। ਧੰਨਵਾਦ। ਅੱਜ ਮੈਨੂੰ ਘੰਟਾ ਕੁ ਪਹਿਲਾਂ ਕਾਲ ਆਈ ਕਿ ਉਹ ਜਿਹੜਾ ਬੱਚਾ ਜਿਹੜਾ 10ਵੀਂ 'ਚ ਪੜ੍ਹਦਾ ਸੀ ਔਰ ਉਹਦੇ ਬਾਂਹ ਵਿੱਚ ਦੀ ਗੋਲੀ ਆਰ ਪਾਰ ਹੋ ਗਈ ਸੀ, ਉਹਦੇ ਜਿਹੜੀਆਂ ਉਂਗਲਾਂ ਨੰਬ ਹੋ ਰਹੀਆਂ, ਔਰ 1.5 ਕਿੱਲਾ ਉਹਦੇ ਪਿਤਾ ਕੋਲ ਜ਼ਮੀਨ ਹੈ, ਗਰੀਬ ਹੈ। ਸੋ ਮੈਂ ਆਪਣੇ ਤੌਰ 'ਤੇ ਫੈਸਲਾ ਕੀਤਾ ਕਿ ਮੈਂ ਆਪਦੀ 1 ਮਹੀਨੇ ਦੀ ਤਨਖਾਹ ਉਹਦੇ ਇਲਾਜ ਵਾਸਤੇ ਲਾਵਾਂਗਾ, ਅਤੇ ਮੈਨੂੰ ਲੱਗਦਾ ਵੀ ਹੋਰ ਵੀ ਲੋੜ ਪੈਣੀ ਹੈ। ਉਹਨੂੰ ਅਮਨਦੀਪ ਹੋਸਪਿਟਲ ਉੱਥੇ ਭੇਜਣ ਬਾਰੇ ਮੈਂ ਕਿਹਾ, ਸ਼ਾਇਦ ਅਗਰ ਪਰਿਵਾਰ ਉੱਥੇ ਲੈ ਜਾਂਦਾ ਤਾਂ ਹੋਰ ਵੀ ਵਿਧਾਇਕ ਸਭਾ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ, ਕਿਉਂਕਿ ਆਪਣਾ ਬੱਚਾ ਉਹ, ਆਪਾਂ ਉਹਦੀ ਮਦਦ ਕਰਾਂਗੇ, ਬਾਅਦ 'ਚ ਆਪਾਂ ਕਰ ਲਿਓ। ਸੋ ਸਰਦਾਰ ਅਮੋਲਕ ਸਿੰਘ ਜੀ। ਧੰਨਵਾਦ ਸਪੀਕਰ ਸਾਹਿਬ ਜੀ। ਅੱਜ ਮੈਂ ਜਿਸ ਹਲਕੇ ਤੋਂ MLA ਹਾਂ ਉਹਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਜੀ। ਜੈਤੋ, ਜਿਹੜਾ ਜੈਤੋ ਹੈ ਜੀ ਸਾਡੀ ਕੌਂਸਟੀਚੁਐਂਸੀ, ਉਹਦਾ ਇਤਿਹਾਸ ਹੈ ਜਿਹੜਾ ਇੰਨਾ ਅਮੀਰ ਹੈ ਜੀ, ਇੰਨਾ
ਪਰ ਉਹਦੇ ਵੱਲ ਹਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਗਿਆ। ਸੋ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਹੈ ਜੀ। ਇੱਥੇ ਧਰਤੀ ਦੁਨੀਆ ਦੇ ਜਿਹੜੇ ਮਸ਼ਹੂਰ ਜੈਤੋ ਦਾ ਮੋਰਚਾ ਜੀ, ਉਹ ਵੀ ਉੱਥੇ ਲਾਇਆ ਗਿਆ। ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਪਹਿਲੀ ਸਿਆਸੀ ਗ੍ਰਿਫਤਾਰੀ ਸੀ, ਉਹ ਵੀ ਉੱਥੇ ਹੋਈ ਹੈ ਜੀ। ਉੱਥੇ ਉਹਨਾਂ ਨੂੰ ਕਿਲ੍ਹੇ ਵਿੱਚ ਬੰਦ ਵੀ ਕੀਤਾ ਗਿਆ ਜੀ। ਅਤੇ ਮਤਲਬ ਬ੍ਰਿਟਿਸ਼ ਸਰਕਾਰਾਂ ਨੇ ਜੈਤੋ ਦੇ ਮੋਰਚੇ 'ਤੇ ਅੰਨੇਵਾਹ ਫਾਇਰਿੰਗ ਕੀਤੀ ਸੀ, ਜਿੱਥੇ ਸੈਂਕੜਿਆਂ ਦੀ ਸ਼ਹਾਦਤ ਹੋਈ ਸੀ, ਜਿੱਥੇ ਸੈਂਕੜੇ ਮਤਲਬ ਸਿੱਖਾਂ ਨੇ ਗੋਲੀਆਂ ਚਲਾਈਆਂ ਗਈਆਂ ਸੀ। ਉਹਦੇ ਤੋਂ ਇਲਾਵਾ ਇੱਥੇ ਅੰਗਰੇਜ਼ੀ ਹਕੂਮਤਾਂ ਨੇ ਜਦੋਂ 1946 ਦੇ ਵਿੱਚ ਗਿਆਨੀ ਜੈਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਝੰਡੇ ਦਾ ਮੋਰਚਾ ਲਾਇਆ ਗਿਆ ਸੀ, ਉਹਦਾ ਕੇਂਦਰ ਬਿੰਦੂ ਵੀ ਜੈਤੋ ਸੀਗਾ। ਸੋ ਮੇਰੀ ਬੇਨਤੀ ਹੈ ਜੀ, ਜਿਹੜਾ ਜੈਤੋ ਸ਼ਹਿਰ ਆ ਉਹਨੂੰ ਇਤਿਹਾਸਿਕ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਜਾਵੇ। ਸਾਡੇ ਮੰਤਰੀ ਸਾਹਿਬ ਹਜੇ ਇੱਥੇ ਹੈ ਨਹੀਂ ਗੇ, ਸੋ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦਾ ਸੀਗਾ। ਧੰਨਵਾਦ ਜੀ। ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ, ਤੁਸੀਂ ਮੈਨੂੰ ਬੋਲਣ ਲਈ ਮੌਕਾ ਦਿੱਤਾ। ਆਪ ਜੀ ਦੇ ਮਾਧਿਅਮ ਰਾਹੀਂ ਮੈਂ ਦੋ ਐਸੋਸੀਏਸ਼ਨਾਂ ਨੇ ਲੁਧਿਆਣੇ ਦੀਆਂ, ਲੁਧਿਆਣਾ ਸਕੂਟਰ ਬਾਜ਼ਾਰ ਐਸੋਸੀਏਸ਼ਨ ਗਿੱਲ ਰੋਡ ਅਤੇ ਮਾਡਲ ਟਾਊਨ, ਲੁਧਿਆਣਾ ਇਲੈਕਟ੍ਰਿਕ ਵਹੀਕਲ ਡੀਲਰ ਐਸੋਸੀਏਸ਼ਨ ਪੂਰੇ ਲੁਧਿਆਣੇ ਦੀ ਹੈ ਸਰ। ਇਹ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਨੇ ਕਿ ਰਵਾਇਤੀ ਪਿਛਲੀਆਂ ਸਰਕਾਰਾਂ ਵੱਲੋਂ 2000